ਅੱਜ ਸਵੇਰੇ ਸਵੇਰੇ 9:30 ਵਜੇ ਮੇਰੇ ਹਸਬੈਂਡ ਨੇ ਮੈਨੂੰ ਫੋਨ ਕੀਤਾ ਤੇ ਮੈਨੂੰ ਪੁੱਛਣ ਲੱਗੇ ਵੀ ਅੱਜ ਰਾਜੀ ਵਰਮਾ ਦਾ ਸਵੇਰੇ ਸਵੇਰੇ ਫੰਕਸ਼ਨ ਹੈਗਾ, ਤੂੰ ਤਿਆਰ ਹੈਗੀ ਨਾ ਜਾਣ ਲਈ? ਮੈਂ ਕਿਹਾ ਵੀ ਕਿਆ 9:30 ਵਜੇ ਤਾਂ ਕੀ ਗੱਲ ਹੋਈ, ਆਪਣੇ ਵਰਮਾ ਸਾਹਿਬ ਦਾ ਤਾਂ ਫੰਕਸ਼ਨ ਹੈਗਾ। ਤੁਸੀਂ ਆਪ ਹੀ ਦੱਸੋ ਮੈਨੂੰ, ਕੋਈ ਵੀ ਪੰਜਾਬੀ ਔਰਤ ਟਾਈਮ ਸਿਰ ਜਾਂਦੀ ਚੰਗੀ ਲੱਗਦੀ ਹੈ? ਨਾ, ਬਿਲਕੁਲ ਨਹੀਂ। ਪੰਜਾਬੀ ਔਰਤ ਚੰਗੀ ਲੱਗਦੀ ਹੈ ਜਦੋਂ ਸੋਹਣੀ ਲੱਗ ਕੇ ਕਿਸੇ ਵੀ ਫੰਕਸ਼ਨ 'ਤੇ ਜਾ, ਉਹਦੇ ਬਾਲ, ਉਹਦਾ ਮੇਕਅਪ, ਉਹਦੀ ਲਿਪਸਟਿਕ, ਉਹਦੇ ਕੱਪੜੇ ਸਾਰੇ ਐਂ ਟਿੱਚ ਲੱਗਣੇ ਚਾਹੀਦੇ। ਕੋਈ ਨਹੀਂ ਕਹਿੰਦਾ ਪੰਜਾਬੀ ਔਰਤ ਨੂੰ ਹਾਏ ਤੂੰ ਲੇਟ ਆਈ ਸੀ, ਸਾਰੇ ਤਾਂ ਇਹੀਓ ਕਹਿੰਦੇ ਨੇ ਹਾਏ ਕਿੰਨੀ ਸੋਹਣੀ ਲੱਗਦੀ ਪਈ ਹੈ। ਇਹ ਗੱਲ ਹੋਈ ਨਾ, ਹੁਣ ਤੁਸੀਂ ਦੱਸੋ ਕਿ ਮੇਰੇ ਹਸਬੈਂਡ ਦਾ ਸਵੇਰੇ ਸਵੇਰੇ ਇੰਡੀਆ ਤੋਂ ਇੱਥੇ ਸਿੰਗਾਪੁਰ ਫੋਨ ਕਰਨ ਦਾ ਕੀ ਮਤਲਬ ਬਣਦਾ? ਇਹ ਹਸਬੈਂਡ ਹੈਗਾ ਕਿ ਥਾਣੇ ਦਾ? ਕੀ ਪੋਚਿਕ ਦੇਸੀ ਪੰਜਾਬੀ ਸੀ।